ਮੇਰਾ ਨਾਮ ਪ੍ਰਿੰਸ ਆ, ਮੈਂ ਬਟਾਲਾ ਤਹਿਸੀਲ ਕੰਪਲੈਕਸ 'ਚ ਕੰਮ ਕਰਦਾ ਵਾਂ ਪਾਰਕਿੰਗ ਦਾ। ਮੈਂ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਵਾਂ। ਤਕਰੀਬਨ ਸਾਡੇ ਤੋਂ ਪਹਿਲਾਂ ਵੀ ਬਾਈਕਾਂ ਚੋਰੀ ਹੋਈਆਂ ਵਾਂ, ਅਤੇ ਬਟ ਬੰਦਾ ਕਾਬੂ ਨਹੀਂ ਆਇਆ। ਅਤੇ ਅੱਜ ਇਹ ਬੰਦਾ ਸੀ ਇੱਕ, ਅਤੇ ਹੈ ਤੁਹਾਨੂੰ ਚੋਰੀ ਆ ਵੇਖਣ 'ਚ ਲੱਗਦਾ ਵਾ, ਅਤੇ ਉਹਨੂੰ ਛੱਪ ਲਿਆ ਅਤੇ ਖਿਲਾਰ ਲਿਆ ਸੀਗਾ ਪਰਚੀ ਵਿਖਾ, ਅਤੇ ਕਹਿੰਦਾ ਪਰਚੀ ਮੇਰੇ ਕੋਲ ਹਾਂਜੀ ਪਰਚੀ ਹੈਗੀ ਹੈ, ਅਤੇ ਮੈਂ ਵਿਖਾ ਪਤਾ ਨਹੀਂ ਕਰ ਗੁਲਾਬੀ ਰੰਗ ਦਾ ਕਾਗਜ਼ ਕਰਕੇ ਸਾਨੂੰ ਫੜਾਇਆ। ਅਤੇ ਅਸੀਂ ਕਿਹਾ ਬਈ ਇਹ ਪਰਚੀ ਨਹੀਂ ਹੈਗੀ ਸਾਡੀ, ਸਾਡੀ ਪਰਚੀ ਹੋਰ ਆ ਪਰਚੀ ਵਿਖਾ। ਅਤੇ ਇਹ ਅੱਗੋਂ ਕਹਿੰਦਾ ਇਹ ਸਪਲੈਂਡਰ ਆ ਮੇਰਾ ਕੈਲੀਬਰ ਮੋਟਰਸਾਈਕਲ ਆ। ਅਸੀਂ ਕਿਹਾ ਕੈਲੀਬਰ ਵਿਖਾ ਦੇ, ਬਟ ਮੌਕੇ 'ਤੇ ਕੋਈ ਮੋਟਰਸਾਈਕਲ ਉੱਥੇ ਕੈਲੀਬਰ ਨਹੀਂ ਸੀ। ਫਿਰ ਸਾਨੂੰ ਇੱਥੇ ਸ਼ੱਕ ਹੋਇਆ, ਅਸੀਂ ਉਹਨੂੰ ਖਿਲਾ ਰਿਹਾ, ਅਤੇ ਅਸੀਂ ਉਹਨੂੰ ਫੜ ਕੇ 2 ਮਿੰਟ ਰੱਖਿਆ, ਅਤੇ ਇਹਨੇ ਦੰਦਲ ਪੈਣ ਦਾ ਐਕਟਿੰਗ ਕਰਨ ਲੱਗਾ। ਫਿਰ ਸਾਨੂੰ ਪੂਰਾ ਸ਼ੱਕ ਹੋ ਗਿਆ ਕਿ ਇਹ ਚੋਰ ਆ। ਫਿਰ ਅਸੀਂ ਇੱਥੇ ਆਪਣਾ ਬੱਸ ਸਟੈਂਡ ਚੌਂਕੀ 'ਚ ਆਏ, ਅਤੇ ਮੁਨਸ਼ੀ ਸਾਹਿਬ ਨੂੰ ਨਾਲ ਲੈ ਗਏ। ਮੌਕੇ 'ਤੇ ਮੁਨਸ਼ੀ ਸਾਹਿਬ ਬੈਠੇ ਹੋਏ ਸੀ, ਜਿਹਨਾਂ ਕਿਹਾ ਨਾਲ ਚਲੋ ਸਿਹਲ ਤੁਰ ਪਏ। ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਫੜਾਇਆ, ਅਤੇ ਇਹ ਫੋਨ ਦਾ ਲੈ ਕੇ ਹੁਣ ਤਕਰੀਬਨ ਅੱਧਾ ਘੰਟਾ ਘੰਟਾ ਹੋ ਗਿਆ ਵਾ, ਇਹ ਐਕਟਿੰਗ ਕੱਢੀ ਜਾ ਰਹੇ ਦੰਦਲ ਪਈ ਹੈ। ਮੈਂ ਆਪਣੇ ਮੋਢੇ ਚੁੱਕ ਕੇ ਲੈ ਗਿਆ, ਮੈਂ ਰਿਕਸ਼ਾ ਲੱਗਾ ਹੋਇਆ ਮੌਕੇ 'ਤੇ, ਅਤੇ ਉਹਨੂੰ ਚੁੱਕ ਕੇ ਨਾ ਤਸੀਲੇ ਚੁੱਕ ਕੇ ਬਟਾਲ ਬੱਸ ਸਟੈਂਡ ਚੌਂਕੀ 'ਚ ਲੈ ਕੇ ਆਏ ਹਾਂ। ਅਤੇ ਇਸ ਟਾਈਮ ਉੱਥੇ ਅੰਦਰ ਲੰਮੇ ਪਿਆ ਵਾ, ਅਤੇ ਬਖੰਡ ਕਰਦਾ ਵਾ ਦੰਦਲ ਦਾ, ਕਦੀ ਹੋਸ਼ 'ਚ ਆ ਜਾਂਦਾ ਵਾ, ਕਦੀ ਬਖੰਡ ਕਰਦਾ ਵਾ। ਮਾਮਲਾ ਕਿਤੇ ਚੌਂਕੀ ਇੰਚਾਰਜ ਨੇ ਬੱਸ ਸਟੈਂਡ ਨੇ ਬਿਤਾਇਆ ਸੀ, ਕੋਈ ਕਿਸੇ ਦਾ ਮੋਟਰਸਾਈਕਲ ਲੱਗਾ ਸੀ, ਕੋਈ ਕੰਮ ਲਈ ਆਇਆ ਸੀਗਾ, ਉਹ ਕੋਈ ਉਹਨੂੰ ਚੋਰੀ ਦੀ ਨੀਅਤ ਨਾਲ ਖੋਲ ਰਿਹਾ ਸੀ। ਉਹਨੇ ਮੌਕੇ 'ਤੇ ਕਾਬੂ ਕੀਤਾ, ਜੋ ਕਾਨੂੰਨ ਮੁਤਾਬਕ ਕਾਰਵਾਈ ਆ ਚੌਂਕੀ ਇੰਚਾਰਜ ਬੱਸ ਸਟੈਂਡ ਵੱਲੋਂ ਕੀਤੀ ਜਾ ਰਹੀ ਹੈ। ਮੇਰਾ ਨਾਮ ਪ੍ਰਿੰਸ ਆ, ਮੈਂ ਬਟਾਲਾ ਤਹਿਸੀਲ ਕੰਪਲੈਕਸ 'ਚ ਕੰਮ ਕਰਦਾ ਵਾਂ ਪਾਰਕਿੰਗ ਦਾ। ਮੈਂ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਵਾਂ। ਤਕਰੀਬਨ ਸਾਡੇ ਤੋਂ ਪਹਿਲਾਂ ਵੀ ਬਾਈਕਾਂ ਚੋਰੀ ਹੋਈਆਂ ਵਾਂ, ਅਤੇ ਬਟ ਬੰਦਾ ਕਾਬੂ ਨਹੀਂ ਆਇਆ। ਅਤੇ ਅੱਜ ਇਹ ਬੰਦਾ ਸੀ ਇੱਕ, ਅਤੇ ਹੈ ਤੁਹਾਨੂੰ ਚੋਰੀ ਆ ਵੇਖਣ 'ਚ ਲੱਗਦਾ ਵਾ, ਅਤੇ ਉਹਨੂੰ ਛੱਪ ਲਿਆ ਅਤੇ ਖਿਲਾਰ ਲਿਆ ਸੀਗਾ ਪਰਚੀ ਵਿਖਾ, ਅਤੇ ਕਹਿੰਦਾ ਪਰਚੀ ਮੇਰੇ ਕੋਲ ਹਾਂਜੀ ਪਰਚੀ ਹੈਗੀ ਹੈ, ਅਤੇ ਮੈਂ ਵਿਖਾ ਪਤਾ ਨਹੀਂ ਕਰ ਗੁਲਾਬੀ ਰੰਗ ਦਾ ਕਾਗਜ਼ ਕਰਕੇ ਸਾਨੂੰ ਫੜਾਇਆ। ਅਤੇ ਅਸੀਂ ਕਿਹਾ ਬਈ ਇਹ ਪਰਚੀ ਨਹੀਂ ਹੈਗੀ ਸਾਡੀ, ਸਾਡੀ ਪਰਚੀ ਹੋਰ ਆ ਪਰਚੀ ਵਿਖਾ। ਅਤੇ ਇਹ ਅੱਗੋਂ ਕਹਿੰਦਾ ਇਹ ਸਪਲੈਂਡਰ ਆ ਮੇਰਾ ਕੈਲੀਬਰ ਮੋਟਰਸਾਈਕਲ ਆ। ਅਸੀਂ ਕਿਹਾ ਕੈਲੀਬਰ ਵਿਖਾ ਦੇ, ਬਟ ਮੌਕੇ 'ਤੇ ਕੋਈ ਮੋਟਰਸਾਈਕਲ ਉੱਥੇ ਕੈਲੀਬਰ ਨਹੀਂ ਸੀ। ਫਿਰ ਸਾਨੂੰ ਇੱਥੇ ਸ਼ੱਕ ਹੋਇਆ, ਅਸੀਂ ਉਹਨੂੰ ਖਿਲਾ ਰਿਹਾ, ਅਤੇ ਅਸੀਂ ਉਹਨੂੰ ਫੜ ਕੇ 2 ਮਿੰਟ ਰੱਖਿਆ, ਅਤੇ ਇਹਨੇ ਦੰਦਲ ਪੈਣ ਦਾ ਐਕਟਿੰਗ ਕਰਨ ਲੱਗਾ। ਫਿਰ ਸਾਨੂੰ ਪੂਰਾ ਸ਼ੱਕ ਹੋ ਗਿਆ ਕਿ ਇਹ ਚੋਰ ਆ। ਫਿਰ ਅਸੀਂ ਇੱਥੇ ਆਪਣਾ ਬੱਸ ਸਟੈਂਡ ਚੌਂਕੀ 'ਚ ਆਏ, ਅਤੇ ਮੁਨਸ਼ੀ ਸਾਹਿਬ ਨੂੰ ਨਾਲ ਲੈ ਗਏ। ਮੌਕੇ 'ਤੇ ਮੁਨਸ਼ੀ ਸਾਹਿਬ ਬੈਠੇ ਹੋਏ ਸੀ, ਜਿਹਨਾਂ ਕਿਹਾ ਨਾਲ ਚਲੋ ਸਿਹਲ ਤੁਰ ਪਏ। ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਫੜਾਇਆ, ਅਤੇ ਇਹ ਫੋਨ ਦਾ ਲੈ ਕੇ ਹੁਣ ਤਕਰੀਬਨ ਅੱਧਾ ਘੰਟਾ ਘੰਟਾ ਹੋ ਗਿਆ ਵਾ, ਇਹ ਐਕਟਿੰਗ ਕੱਢੀ ਜਾ ਰਹੇ ਦੰਦਲ ਪਈ ਹੈ। ਮੈਂ ਆਪਣੇ ਮੋਢੇ ਚੁੱਕ ਕੇ ਲੈ ਗਿਆ, ਮੈਂ ਰਿਕਸ਼ਾ ਲੱਗਾ ਹੋਇਆ ਮੌਕੇ 'ਤੇ, ਅਤੇ
ਉਹਨੂੰ ਚੁੱਕ ਕੇ ਨਾ ਤਹਿਸੀਲ ਚੁੱਕ ਕੇ ਬਟਾਲ ਬੱਸ ਸਟੈਂਡ ਚੌਂਕੀ 'ਚ ਲੈ ਕੇ ਆਏ ਹਾਂ ਅਤੇ ਇਸ ਟਾਈਮ ਉੱਥੇ ਅੰਦਰ ਲੰਮੇ ਪਿਆ ਦਾ ਵਾ ਅਤੇ ਬਖੰਡ ਕਰਦਾ ਵਾ ਜੰਦਲ ਦਾ ਕਦੀ ਹੋਸ਼ 'ਚ ਆ ਜਾਂਦਾ ਵਾ ਕਦੀ ਬਖੰਡ ਕਰਾ ਦਾ ਮਾਮਲਾ ਕਿਤੇ ਚੌਂਕੀ ਇੰਚਾਰਜ ਨੇ ਬੱਸ ਸਟੈਂਡ ਨੇ ਬਿਤਾਇਆ ਸੀ ਕੋਈ ਕਿਸੇ ਦਾ ਮੋਟਰਸਾਈਕਲ ਲੱਗਾ ਸੀ ਕਿ ਉਹ ਕੰਮ ਲਈ ਆਇਆ ਸੀਗਾ ਉਹ ਕੋਈ ਉਹਨੂੰ ਚੋਰੀ ਦੀ ਨੀਅਤ ਨਾਲ ਖੋਲ ਰਿਹਾ ਸੀ ਉਹਨੇ ਮੌਕੇ 'ਤੇ ਕਾਬੂ ਕੀਤਾ ਜੋ ਕਾਨੂੰਨ ਮੁਤਾਬਕ ਕਾਰਵਾਈ ਆ ਚੌਂਕੀ ਇੰਚਾਰਜ ਬੱਸ ਸਟੈਂਡ ਵੱਲੋਂ ਕੀਤੀ ਜਾ ਰਹੀ ਹੈ।